ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀ ਵੀ ਅਤੇ ਮੈਂ ਹਾਂ ਡੀ ਐੱਸ ਕੱਕੜ। ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਜਿਹੜੀ ਹੈ ਬਾਰਿਸ਼ ਨੇ ਆਪਣਾ ਕਹਿਰ ਬਰਪਾਇਆ ਹੋਇਆ ਔਰ ਯੈਲੋ ਅਲਰਟ ਜੇ ਤੁਹਾਨੂੰ ਦੱਸੀਏ ਵੀ ਕਈ ਡਿਸਟ੍ਰਿਕਟ ਦੇ ਵਿੱਚ ਡਿਕਲੇਅਰ ਕੀਤਾ ਗਿਆ ਸੀ। ਰਾਜਪੁਰੇ ਖੜ੍ਹੇ ਹਾਂ, ਰਾਜਪੁਰੇ ਦੇ ਅੰਡਰ ਪਾਸ ਜਿਹੜਾ ਨਵਾਂ ਬਣਿਆ ਪਿਛਲੇ ਸਾਲ ਹੀ ਜਿਹੜਾ ਇਹ ਬਣਿਆ ਸੀਗਾ ਉਹਦੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ। ਪਾਣੀ ਜਿਹੜਾ ਪੂਰੀ ਤਰ੍ਹਾਂ ਭਰਿਆ ਹੋਇਆ ਇੱਥੇ ਔਰ ਬੱਸ ਵੀ ਖੜ੍ਹੀ ਹੈ ਇੱਥੇ, ਇੱਥੋਂ ਲੰਘਣਾ ਬਹੁਤ ਔਖਾ ਹੋਇਆ ਹੋਇਆ। ਜਿਹੜੇ ਵਹੀਕਲਸ ਹੈ ਟੋਟਲੀ ਬੰਦ ਕੀਤੇ ਗਏ ਹੈ, ਰਸਤਾ ਬੰਦ। ਪਿੱਛੋਂ ਮੈਂ ਤੁਹਾਨੂੰ ਦਿਖਾਵਾਂਗੇ ਵੀ ਬੈਰੀਕੇਡ ਲਗਾ ਕੇ ਰਸਤਾ ਜਿਹੜਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਹ ਜਿਹੜਾ ਅੰਡਰ ਪਾਸ ਹੈ ਇਹ ਬੇਸਿਕਲੀ ਰੇਲਵੇ ਜਿਹੜੇ ਅਥਾਰਟੀਜ਼ ਹੈ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਸੀ ਔਰ ਇਹਦਾ ਰੱਖ ਰਖਾਵ ਵੀ ਰੇਲਵੇ ਅਥਾਰਟੀਜ਼ ਹੀ ਕਰਦੀਆਂ ਨੇ। ਪਰ ਜਿਹੜਾ ਹੁਣ ਇਸ ਵੇਲੇ ਸਮਾਂ ਬਾਰਿਸ਼ ਦਾ ਜਿਹੜਾ ਆਇਆ, ਜਿਹੜੀ ਬਾਰਿਸ਼ ਤਿੰਨ ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ, ਯੈਲੋ ਅਲਰਟ ਡਿਕਲੇਅਰ ਕੀਤਾ ਹੋਇਆ, ਉਸ ਤੋਂ ਬਾਅਦ ਤੁਹਾਨੂੰ ਦੱਸਣਾ ਚਾਹਾਂਗੇ ਵੀ ਆਹ ਜਿਹੜਾ ਹੈ ਰੇਲਵੇ ਅਥਾਰਟੀਜ਼ ਵੱਲੋਂ ਜਿਹੜਾ ਇੱਥੇ ਕੋਈ ਕੰਮ ਨਹੀਂ ਕਰਾਇਆ ਗਿਆ। ਪਰ ਜਿਹੜੀ ਨਗਰ ਕੌਂਸਲ ਹੈ ਉਹਨਾਂ ਦੇ ਉੱਪਰ ਵੀ ਸਵਾਲ ਚੱਕੇ ਜਾ ਰਹੇ ਨੇ। ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸਾਡੀ ਹੁਣੇ ਗੱਲ ਹੋਈ ਹੈ ਔਰ ਉਹਨਾਂ ਦਾ ਇਹ ਕਹਿਣਾ ਵੀ ਹਾਂ ਜਿਹੜੇ ਮੌਜੂਦਾ ਹਾਲਾਤ ਨੇ ਅਤੇ ਉਹਨਾਂ ਦੇ ਮੱਦੇਨਜ਼ਰ ਜਿਹੜਾ ਹੈ ਇੱਥੇ ਗੱਡੀਆਂ ਉਹਨਾਂ ਦੀਆਂ ਪਹੁੰਚਣ ਵਾਲੀਆਂ ਨੇ ਪੰਪ ਲੈ ਕੇ, ਚਾਹੇ ਫਾਇਰ ਬ੍ਰਿਗੇਡ ਦੀ ਗੱਡੀ ਹੋਏ ਜਾਂ ਇੱਥੇ SDO ਸਾਹਿਬ ਨਾਲ ਵੀ ਗੱਲ ਹੋਈ ਹੈ ਔਰ ਨਗਰ ਕੌਂਸਲ ਦੇ ਹੋਰ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਹੈ। ਉਹ ਗੱਡੀਆਂ ਇੱਥੇ ਪਹੁੰਚ ਰਹੀਆਂ ਨੇ ਇਹ ਪਾਣੀ ਨੂੰ ਜਿਹੜਾ ਜਲਦ ਤੋਂ ਜਲਦ ਕੱਢਣ ਵਾਸਤੇ, ਅਤੇ ਕੁਝ ਅਧਿਕਾਰੀ ਸਾਡੇ ਨਾਲ ਮੌਜੂਦ ਹੈ ਨਗਰ ਕੌਂਸਲ ਦੇ, ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਨਗਰ ਕੌਂਸਲ ਦੇ ਅਧਿਕਾਰੀ ਸਾਡੇ ਨਾਲ ਪਹੁੰਚ ਚੁੱਕੇ ਹੈ, ਮੌਜੂਦ ਹੈ ਇੱਥੇ ਵਿਕਾਸ ਚੌਧਰੀ ਜੀ ਜਿਹੜੇ ਸੈਂਟਰ ਇੰਸਪੈਕਟਰ ਹੈ। ਸਰ ਇਹ ਕੀ ਕਾਰਨ ਹੈ ਇਹ ਸਾਰਾ ਇੱਥੇ ਪਾਣੀ? ਦੇਖੋ ਵਹੀਕਲਸ ਲੰਘ ਨਹੀਂ ਪਾ ਰਹੇ ਔਰ ਸਮਝਦੇ ਹਾਂ ਵੀ ਅਸੀਂ ਤਿੰਨ ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ, ਪਰ ਇਹ ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਇਹ ਜਿਹੜਾ ਕਿ ਰੇਲਵੇ ਵੱਲੋਂ ਬਣਾਇਆ ਗਿਆ ਉਹਨਾਂ ਵੱਲੋਂ ਮੇਨਟੇਨ ਕੀਤਾ ਜਾ ਰਿਹਾ। ਉਹਨਾਂ ਦਾ ਕੋਈ ਵੀ ਅਧਿਕਾਰੀ ਇਸ ਟਾਈਮ ਜਾਂ ਕੋਈ ਕਰਮਚਾਰੀ ਆ ਕੇ ਉਹਨੇ ਦੇਖਿਆ ਨਹੀਂ ਪਾਣੀ ਖੜ੍ਹਾ। ਹੁਣ ਅਸੀਂ ਨਗਰ ਕੌਂਸਲ ਦੀ ਤਰਫੋਂ ਆਏ ਹਾਂ, ਪਾਣੀ ਹੁਣ ਥੋੜ੍ਹੀ ਦੇਰ ਚਾਲੂ ਕਰਾ ਲਾਂਗੇ ਇਹਨੂੰ ਪਾਣੀ, ਕਿਉਂਕਿ ਉਹਨਾਂ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ। ਅੱਜ ਨਗਰ ਕੌਂਸਲ ਆਪਣੇ ਵੱਲੋਂ ਪ੍ਰਬੰਧ ਕਰਕੇ ਪਾਣੀ ਹੁਣੇ ਕਢਾਏਗਾ, 2 ਘੰਟੇ ਤੱਕ ਚਾਲੂ ਕਰਾਤਾ ਜਾਏਗਾ। ਨਹੀਂ, ਤੁਹਾਡੀ ਕੋਈ ਗੱਲਬਾਤ ਹੋਈ ਆ ਉਹਨਾਂ ਦੇ ਨਾਲ ਜਿਹੜੇ ਰੇਲਵੇ ਅਥਾਰਟੀਜ਼ ਹੈ ਉਹਨਾਂ ਦੇ ਨਾਲ ਕੋਈ ਤੁਸੀਂ ਇਨ ਟੱਚ ਹੋ ਜਾਂ ਉਹਨਾਂ ਨੂੰ ਪਹਿਲਾਂ ਵੀ ਇਸ ਬਾਰੇ ਜਾਣੂ ਕਰਾਇਆ ਗਿਆ ਸੀਗਾ ਇਸ ਪ੍ਰੋਬਲਮ? ਅਸੀਂ ਕਈ ਵਾਰੀ ਇਹਨਾਂ ਨੂੰ ਚਿੱਠੀਆਂ ਲਿਖ ਚੁੱਕੇ ਹਾਂ, ਇਹਦੇ ਵਿੱਚੋਂ ਤੁਹਾਨੂੰ ਸ਼ਾਇਦ ਪਹਿਲੇ ਦੱਸਿਆ ਇੱਥੇ ਗਰੀਲਾਂ ਵੀ ਚੱਕ ਕੇ ਲੈ ਗਏ ਲੋਕ, ਉਹ ਵੀ ਨਗਰ ਕੌਂਸਲ ਨੇ ਆਪਣੇ ਪੱਧਰ ਦੇ ਗਰੀਲਾਂ ਲਵਾਈਆਂ ਨੇ ਅਤੇ ਇਹਨਾਂ ਨੂੰ ਕਈ ਵਾਰੀ ਚਿੱਠੀ ਕਰ ਚੁੱਕਿਆ ਸੀ, ਅੱਜ ਤੱਕ ਕੋਈ ਬੰਦਾ ਨਹੀਂ ਇਹਨਾਂ ਦਾ ਦਫ਼ਤਰ ਵੇਖ ਕੇ ਸਾਡੇ ਨਾਲ ਆਇਆ ਮਿਲਣ। ਤੁਸੀਂ ਹੁਣ ਕੀ ਪ੍ਰਬੰਧ ਕਰਨ ਜਾ ਰਹੇ ਹੋ? ਅਸੀਂ ਹੁਣ ਆਪਣੀ ਗੱਡੀਆਂ ਲਾ ਰਹੇ ਹਾਂ ਪਾਣੀ ਕੱਢਣ ਵਾਸਤੇ ਅਤੇ ਇੰਜਣ ਲਾ ਰਹੇ ਹਾਂ ਪਾਣੀ ਕੱਢਣ ਵਾਸਤੇ। ਕਿੰਨੀ ਕੁ ਦੇਰ 'ਚ ਸਾਰਾ ਕਲੀਅਰ ਹੋ ਜਾਏਗਾ? ਇਹ ਵੱਧ ਤੋਂ 2 ਤੋਂ 3 ਘੰਟੇ ਦੇ ਵਿੱਚ ਕਲੀਅਰ ਹੋ ਜਾਏਗਾ ਪਾਣੀ। ਠੀਕ ਹੈ, ਬਹੁਤ ਬਹੁਤ ਧੰਨਵਾਦ। ਇਹ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਵੀ ਉਹਨਾਂ ਨੇ ਦੱਸਿਆ ਵੀ 2 ਤੋਂ 3 ਘੰਟੇ ਦੇ ਵਿੱਚ ਕਲੀਅਰ ਹੋ ਜਾਏਗਾ। ਹਾਲਾਂਕਿ ਇਹ ਰਿਸਪੋਂਸੀਬਿਲਟੀ ਜਿਹੜੀ ਹੈ ਰੇਲਵੇ ਅਥਾਰਟੀਜ਼ ਦੀ ਹੈ, ਬਟ ਰੇਲਵੇ ਅਥਾਰਟੀਜ਼ ਦਾ ਕੋਈ ਵੀ ਕਰਮਚਾਰੀ ਇੱਥੇ ਦੇਖਣ ਲਈ ਕੋਈ ਇੱਥੇ ਬਾਟ ਲੈਣ ਲਈ ਨਹੀਂ ਪਹੁੰਚਿਆ ਔਰ ਨਗਰ ਕੌਂਸਲ ਜਿਹੜੀ ਹੈ ਹੁਣ ਇਹਨਾਂ ਦਾ ਕਹਿਣਾ ਵੀ ਹਾਂ 2 ਤੋਂ 3 ਘੰਟੇ ਦੇ ਵਿੱਚ ਇਹ ਸਾਰਾ ਜਿਹੜਾ ਕੰਮ ਹੈ ਕਲੀਅਰ ਕਰਾ ਦੇਣਗੇ, ਪਾਣੀ ਦਾ ਜਿਹੜਾ ਇੱਥੇ ਜਿਹੜਾ ਕਲੀਅਰ ਰਸਤਾ ਕਲੀਅਰ ਕਰਾ ਦਿੱਤਾ ਜਾਏਗਾ। ਬਾਕੀ ਹੁਣ ਇਹ ਜਿਹੜਾ ਬੇਮੌਸਮੀ ਬਰਸਾਤ ਕਹਿ ਲਈਏ ਜਾਂ ਲਗਾਤਾਰ ਜਾਂ ਯੈਲੋ ਅਲਰਟ ਤੁਹਾਨੂੰ ਦੱਸਣਾ ਚਾਹਾਂਗੇ, ਡਿਸਟ੍ਰਿਕਟ ਪਟਿਆਲਾ ਦੇ ਵਿੱਚ ਵੀ ਡਿਕਲੇਅਰ ਕੀਤਾ ਗਿਆ ਔਰ ਉਸ ਤੋਂ ਬਾਅਦ ਇਹ ਜਿਹੜੇ ਹਾਲਾਤ ਸ਼ਹਿਰ ਦੇ ਰਾਜਪੁਰੇ ਖੜ੍ਹੇ ਆ, ਰਾਜਪੁਰੇ ਦੇ ਜਿਹੜੇ ਹਾਲਾਤ ਹੋ ਚੁੱਕੇ ਨੇ ਉਹਨਾਂ ਦੇ ਲਈ ਹੁਣ ਜਿਹੜੇ ਕਰਮਚਾਰੀ ਆ ਇੱਥੇ ਦੇ ਲੋਕਲ ਨਗਰ ਕੌਂਸਲ ਦੇ ਉਹ ਜਿਹੜੇ ਲਗਾਤਾਰ ਲੱਗੇ ਹੋਏ ਹੈ ਔਰ ਇਸ ਪਾਣੀ ਨੂੰ ਵੀ ਜਿਹੜਾ ਅੰਡਰ ਬ੍ਰਿਜ ਦਾ ਪਾਣੀ ਹੈ ਇਹਨੂੰ ਬਹੁਤ ਛੇਤੀ ਤੋਂ ਛੇਤੀ ਕਲੀਅਰ ਕਰਾ ਦਿੱਤਾ ਜਾਏਗਾ। ਬਣੇ ਰਹੋ ਜਗਬਾਣੀ ਟੀ ਵੀ 'ਤੇ, ਮੈਂ ਹਾਂ DS ਕੱਕੜ।